ਮੈਂ ਬਲਜੀਤ ਬੋਲਦਾ ਛੋਟੇ ਭਾਈ। ਹਾਂਜੀ 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 ਅਜੀਤ ਸਿੰਘ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ। ਮੇਰੀ ਬੇਨਤੀ ਉਹੀ ਹੈ ਜੀ, ਗੱਲ ਆ ਵੀ ਜਿਹੜੀ ਤੁਸੀਂ ਮਸੂਰ ਦੀ ਗੱਲ ਕਰ ਰਹੇ ਹੋ ਨਾ, ਉਹ ਜ਼ਰੂਰ ਉਹ ਗੁਰਦੇ ਜਿਹੜਾ ਹੈਗਾ ਇੱਥੋਂ ਬਾਹਰੋਂ ਪੜ੍ਹ ਕੇ ਗਿਆ ਗਾ, ਵੇਖਿਆ ਹੋਗਾ ਜਿਹੜੀਆਂ ਹੈਗੀਆਂ ਨੇ ਡਿਵੈਲਪਮੈਂਟ ਕਿੱਦਾਂ ਕਰਦੇ ਹੈਗਾ, ਕਿਉਂਕਿ ਬਾਹਰ ਜਿਹੜੇ ਡਿਵੈਲਪਮੈਂਟ ਕਰਦੇ ਜ਼ਿਆਦਾਤਰ ਸਾਲ ਪਹਿਲਾਂ ਦੀ ਕਰਦੇ, ਵੀ ਹਜ਼ਾਰ ਸਾਲ ਬਾਅਦ ਸਾਡੀ ਇੱਥੇ ਪਹੁੰਚ ਜਾਣੀ ਹੈਗੀ ਆ ਜੀ। ਸਾਡੀ ਜਿਹੜੀ ਉੱਥੇ ਡਿਵੈਲਪਮੈਂਟ ਕੋਈ ਵੀ ਸਕੀਮ ਬਣਾਉਣੇ ਆ ਨਾ, ਉਹਦੇ ਲਈ ਅਸੀਂ ਪਹਿਲਾਂ ਸੜਕ ਪੁੱਟਦੇ ਹਾਂ, ਸੜਕ ਪੱਕੀ ਕਰਦੇ ਹਾਂ, ਫਿਰ ਅਸੀਂ ਲਾਈਨਾਂ ਥੱਲੇ ਵਿਛਾਉਣ ਲਈ ਪੁੱਟਦੇ ਹੈਗੇ ਹਾਂ, ਫਿਰ ਅਸੀਂ ਉਹਦੇ ਥੱਲੇ ਸੀਵਰੇਜ ਪਾਉਣ ਲਈ ਪੁੱਟਦੇ ਹਾਂ, ਸੜਕਾਂ ਫਿਰ ਪੁੱਟੀਆਂ ਜਾਂਦੀਆਂ ਨੇਗੀਆਂ। ਇਸ ਕਰਕੇ ਉੱਥੇ ਕੋਈ ਪ੍ਰੋਬਲਮ ਕੁਝ ਹੈ ਨੀਗਾ ਜਿਹੜਾ ਬੰਦਾ ਕਰ ਦੇਗਾ। ਹਾਲਾਂਕਿ ਹੁਣ ਤੇ ਸਾਡੀ ਸਰਕਾਰ ਵਿੱਚ, ਪੰਜਾਬ ਸਰਕਾਰ ਵਿੱਚ ਵੀ ਪੰਜ ਚਾਰ ਬੰਦੇ ਹੈਗੇ ਆ ਜਿਹੜੇ ਬਾਹਰੋਂ ਪੜ੍ਹ ਕੇ ਗਏ ਹੈਗੇ ਆ, ਜਿਹੜੇ ਇੱਥੋਂ ਵੇਖ ਕੇ ਗਏ ਆ, ਉਹ ਜਾ ਕੇ ਉੱਥੇ ਇੰਪਲੀਮੈਂਟ ਤੇ ਕਰਵਾ ਸਕਦੇ ਆ, ਬਾਹਰ ਆਹ ਕੁਛ ਹੋ ਰਿਹਾ ਹੈਗਾ ਵਾ ਜੀ। ਹੁਣ ਸਾਡੇ ਇੱਥੇ ਗਾਰ ਬਸ ਇਕੱਠਾ ਕਰਦੇ ਹੈਗੇ ਆ, ਇਹਦਾ ਮਤਲਬ ਲੱਖਾਂ ਡਾਲਰ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਕੰਟਰੈਕਟ ਦੇ ਰਹੇ ਹੈਗੇ, ਜਿਹੜੇ ਟਰੱਕ ਚੁੱਕਣ ਆਉਂਦੇ ਨੇਗੇ ਹਫ਼ਤੇ ਬਾਅਦ ਆਉਂਦੇ ਨੇਗੇ, ਉਹ ਉੱਥੋਂ ਉੱਥੋਂ ਸਾਰਾ ਕੁਛ ਕੈਮੀਕਲ ਚੀਜ਼ਾਂ ਪੈਦਾ ਕਰਕੇ ਤੇ ਉਹ ਵੇਚ ਕੇ ਪੈਸੇ ਵੱਟਦੇ ਹੈਗੇ ਆ, ਉਹਨਾਂ ਪੈਸਿਆਂ ਨਾਲ ਹੀ ਜਿਹੜਾ ਹੈਗਾ ਉਹਨੂੰ ਟਰੱਕਾਂ ਨੂੰ ਦੇ ਕੇ ਤੇ ਆਪ ਉਹ ਜਿਹੜੀਆਂ ਕਾਉਂਟੀਆਂ ਨੇਗੇ ਉਹ ਪੈਸੇ ਬਚਾਉਂਦੇ ਆ ਉਹਦੇ ਵਿੱਚੋਂ। ਬਿਲਕੁਲ ਅਜੀਤ ਸਿੰਘ ਜੀ, ਦੇਖੋ ਇਹ ਕਿੰਨੀ ਸਿੰਪਲ ਜੀ ਚੀਜ਼ ਹੈ ਜਿਹੜੀ ਅਸੀਂ ਇੱਥੇ ਹਾਲ ਤੱਕ ਨਹੀਂ ਕਰ ਸਕੇ, ਵੀ ਗਾਰਬੇਜ ਦੀ ਸੈਗਰੀਗੇਸ਼ਨ ਕਰਨੀ।